ਸਤਿ ਸ਼੍ਰੀ ਅਕਾਲ ਤੁਹਾਡੇ ਸਾਰਿਆਂ ਦਾ ਕੀ ਹਾਲ ਚਾਲ ਅਤੇ ਤੁਹਾਡਾ ਸਵਾਗਤ ਹੈ ਮੇਰੇ ਨਵੇਂ ਬਲੌਗ 'ਚ ਅਤੇ ਅੱਜ ਆਪਾਂ ਕਰਨ ਲੱਗੇ ਹਾਂ ਗੱਡੀ ਨੂੰ ਤਿਆਰ। ਪਹਿਲਾਂ ਹੀ ਵੀਡੀਓ ਪਾਈ ਆ, ਉਹ ਵਾਈਟ ਗੱਡੀ ਆ ਅਤੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ। ਇਹ ਆਪਣੇ ਕੋਲ ਲਾਲ ਰੰਗ ਦੀ ਗੱਡੀ ਆ ਅਤੇ ਪੂਰੀ ਫੋਟੋ ਨਾਲ ਕਵਰ ਕਰਨੀ ਆ ਅਤੇ ਪਹਿਲੀ ਵੀਡੀਓ ਦੇਖੀ ਹੋਣੀ ਆ। ਅਤੇ ਪਿੱਛੇ ਮੈਂ ਲਾ ਚੁੱਕਾ ਸੀਗਾ, ਮੈਂ ਵੀਡੀਓ ਬਣਾਉਣੀ ਭੁੱਲ ਗਿਆ ਸੀਗਾ ਅਤੇ ਇੱਥੇ ਮੈਂ ਲਾ ਕੇ ਹੋ ਗਿਆ ਬਿੱਲ ਅਤੇ ਹੁਣ ਅੱਧਾ ਲੱਗੀ ਹੋਈ ਆ, ਅੱਧੀ ਇੱਧਰ ਵੀ ਸਾਰੀਆਂ ਅਤੇ ਪਾਲੇ ਪਾਸੇ ਸਾਰੀਆਂ ਸ਼ੀਸ਼ੇ ਕਵਰ ਕਰਨੇ ਆ। ਤਾਂ ਦਿਖਾਉਂਦੇ ਆਪਾਂ ਹੌਲੀ ਹੌਲੀ ਵੀ ਕਿੱਦਾਂ ਆਹ ਚੀਜ਼ਾਂ ਲੱਗਦੀਆਂ। ਇਹ 'ਤੇ ਲੱਗੀ ਹੈ ਜਾਲੀ, ਇਹਨੂੰ ਜਾਲੀ ਕਹਿੰਦੇ ਆ ਅਤੇ ਇਹ ਬਾਹਰੋਂ ਜਾਲੀ ਹੁੰਦੀ ਆ, ਕੈਨੇਡਾ ਸਾਨੂੰ ਕਿੱਦਾਂ ਹੁੰਦੀ ਹੈ, ਬਾਹਰੋਂ ਜਾਲੀ ਹੁੰਦੀ ਆ, ਬਾਹਰ ਆਪਣੀ ਫੋਟੋ ਦਿਸਣੀ ਹੈ ਇਹ, ਅਤੇ ਅੰਦਰ ਆਪਾਂ ਨੂੰ ਪ੍ਰੋਪਰ ਸ਼ੀਸ਼ਾ ਜਿੱਦਾਂ ਆਰ ਪਾਰ ਦਿਸਣਾ ਹੀ ਆ ਵਿਊ। ਅੰਦਰ ਆਹ ਚੀਜ਼ ਹੈ, ਆਹ ਚੀਜ਼ ਦੇ ਫਾਇਦੇ ਹੁੰਦੇ ਆ, ਜਿੱਥੇ ਫੋਟੋ ਛਪੀ ਜਾਂਦੀ ਆ ਅਤੇ ਆਪਣਾ ਅੰਦਰਲਾ ਜਿਹੜਾ ਵਿਊ ਰੁਕਦਾ ਨੀਗਾ। ਤੁਹਾਨੂੰ ਦਿਖਾਉਂਦੇ ਹਾਂ ਗੱਡੀ ਤਿਆਰ ਕਰਕੇ। ਆਪਣਾ ਭਰਾ ਇਹਨੇ ਆਪਣੀ ਹੈਲਪ ਕਰਨੀ ਹੈ ਨਾ ਕੰਮ ਕਰਾਉਣ ਦੀ। ਚੀਜ਼ਾਂ ਲੱਗਣੀਆਂ ਜਿੱਦਾਂ ਹੋ ਗਏ, ਇੱਕ ਆਹ ਹੋ ਗਈਆਂ, ਸਾਰੇ ਦਿਖਾਉਂਦੇ ਹਾਂ ਕਰਕੇ ਤਿਆਰ। ਆਪਾਂ ਜਾਲੀ 'ਚ ਲਾਤੀ ਆ ਅਤੇ ਇਹਦੇ ਪਿੱਛੇ ਪਹਿਲਾਂ ਪਾਣੀ ਪਾਇਆ ਅਤੇ ਮੁੜ ਕੇ ਪਾਣੀ ਪਾ ਕੇ ਇੱਦਾਂ ਕਰਤਾ। ਪਾਣੀ ਤਾਂ ਪਾਇਆ ਕਿ ਕਿੱਦਾਂ ਹੈਲਦੀ ਰਹੇ। ਆਹਦੇ ਦਿਖਾਉਂਦੇ ਆਪਾਂ ਲਾ ਕੇ, ਆਪਾਂ ਤਾਂ ਪੂਰਾ ਲਾਤਾ ਫਿੱਟ ਕਰਤਾ ਅਤੇ ਇਹਨੂੰ ਸੁੱਕੋਂ ਛੱਡ ਦਿੰਦੇ ਹਾਂ ਮਾੜਾ ਜਿਹਾ, ਸੁੱਕ ਜੂਗਾ ਪਾਣੀ ਜਿਹਾ, ਜਿਹਨੂੰ ਆਪਾਂ ਇੱਧਰ ਲਾ ਲਈਏ। ਲੱਗੇ ਆਪਾਂ ਆਹ ਚੀਜ਼ ਜਾਗਦੀਆਂ ਜਮੀਰਾਂ ਵਾਲੇ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ। ਇਹ ਪਾਣੀ ਨਾਲ ਲੱਗਣੇ ਸਾਰੇ ਗਲਤ ਬਣ ਗਿਆ ਸੀਗਾ, ਇਹ ਪਾਲੇ ਪੱਤੇ ਬਣਾਉਣਾ ਇੱਧਰ ਲੱਗ ਗਿਆ ਸੀਗਾ ਅਤੇ ਦੁਆਰ ਤੋਂ ਬਣਾ ਬਣਾਇਆ ਹਾਂ ਵਾਲਾ, ਅਤੇ ਇਹਨੂੰ ਕੱਟਣ ਲੱਗੇ ਆਪਾਂ। ਆਪਾਂ ਆਹ ਲਾਉਣ ਲੱਗੇ ਜੀ ਆਹ ਚਿੱਤਰ ਵਾਸਤੇ।
ਇਸ ਥਾਂ ਤੇ ਆ ਲੱਗਣਾ ਅਤੇ ਰਾਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਟ੍ਰੈਂਡਿੰਗ ਕਰ ਲਈ ਪਾਵਰ ਜ਼ੋਰ ਤੋਂ ਟ੍ਰੈਂਡਿੰਗ ਆ ਕੇ ਹੋ ਗਏ ਵਿਹਲੇ ਤਾਂ ਗੱਡੀ ਜੋੜਨ ਲੱਗੇ ਹਾਂ ਜਿਹੜਾ ਕਮਰੇ ਤਾਂ ਜੀ ਇਹ ਕੰਮ ਕੰਪਲੀਟ ਕਰ ਦਈਏ ਤੇ ਕਾਫੀ ਟਾਈਮ ਹੋਇਆ ਆਹ ਹੋ ਗਏ ਕੰਪਲੀਟ ਜੀ ਹੁਣ ਇੱਥੇ ਲਾਉਣ ਲੱਗੇ ਲਿਆ ਲਿਆ ਆਹ ਲਓ ਜੀ ਇੱਧਰ ਆ ਲਗਾ ਉੱਪਰਲਾ ਕੰਮ ਰਾਖਤ ਪਾਸ਼ਾ ਹੀ ਦਾਵਾ ਆਹ ਬਟਨ ਦਾ ਪਿਆ ਫਾਈਨਲੀ ਆਪਣੀ ਗੱਡੀ ਹੋ ਗਈ ਤਿਆਰ ਤੇ ਇੱਧਰ ਫੋਟੋ ਲੱਗੀ ਆ ਫਰੰਟ ਤੇ ਲੱਗੀ ਆ ਸਿੱਧੂ ਮੂਸੇਵਾਲਾ ਦੀਪ ਸਿੱਧੂ ਨੰਗਲ ਅੰਬੀਆਂ ਥੱਲੇ ਲਿਖਿਆ ਸਿੱਖ ਕੌਮ ਜਿਉਂਦੀ ਹੈ ਬਦਲਾ ਲੈਣ ਲਈ ਉੱਧਰ ਲੱਗੇ ਅੰਮ੍ਰਿਤਪਾਲ ਸਿੰਘ ਜਾਗਦੀਆਂ ਜ਼ਮੀਰਾਂ ਵਾਲੇ ਵਾਰਿਸ ਪੰਜਾਬ ਦੇ ਉੱਧਰ ਲੱਗੇ ਭਾਈ ਜਗਤਾਰ ਸਿੰਘ ਹਵਾਰਾ ਅਕਾਲ ਤਖ਼ਤ ਦੇ ਵਾਰਿਸ ਉੱਧਰ ਲੱਗੇ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਇਹ ਸਾਡੀ ਹੁਣ ਦੀ ਲੜਾਈ ਹੈ ਪਿੱਛੇ ਲੱਗੇ ਆ ਬੰਦੀ ਸਿੰਘ ਸਿੱਖ ਕੌਮ ਇਨਸਾਫ ਮੰਗਦੀ ਹੈ ਬੰਦੀ ਸਿੰਘ ਰਿਹਾ ਕਰੋ ਸਾਰੇ ਲੱਗੇ ਹੋਏ ਜਿਹੜੇ ਇਸ ਟਾਈਮ ਜੇਲ੍ਹਾਂ 'ਚ ਆ ਅਤੇ ਉੱਧਰ ਲੱਗੇ ਭਾਈ ਤੂਫਾਨ ਸਿੰਘ ਅਤੇ ਭਾਈ ਅਵਤਾਰ ਸਿੰਘ ਬ੍ਰਹਮਾ ਇਹਨਾਂ ਨੇ ਹੈਲੀਕਾਪਟਰ ਦਿੱਤਾ ਸੀਗਾ ਉਸ ਟਾਈਮ ਲੜਾਈ ਵੇਲੇ ਅਤੇ ਇਹ ਸੁਪਨੇ ਸ਼ਹੀਦੀਆਂ ਦੇ ਹੋ ਗਏ ਆ ਪੂਰੇ ਸੁੱਖਾ ਜੀ ਅਤੇ ਜਿੰਦਾ ਜੀ ਅਤੇ ਪਿੱਛੇ ਸੰਤਾਂ ਦੀ ਫੋਟੋ ਲੱਗੀ ਹੈ ਇਹ ਭਾਈ ਅੰਮ੍ਰਿਤਪਾਲ ਸਿੰਘ ਅਮਰ ਰਾਖਤ ਪਾਸ਼ਾ ਹੀ ਦਾਵਾ ਇਹ ਖੜਕ ਸਿੰਘ ਫਾਈਨਲੀ ਆਪਣੀ ਗੱਡੀ ਹੋ ਗਈ ਤਿਆਰ ਅਤੇ ਗੱਡੀ ਤਿਆਰ ਆ ਕੇ ਹੋ ਗਿਆ ਵਿਹਲੇ ਸਾਰੀ ਇਹਨਾਂ ਫੋਟੋ ਪੰਗਾ ਪੈ ਗਿਆ ਫੋਟੋ ਉਲਟ ਬਣ ਗਈ ਸੀ ਅੰਮ੍ਰਿਤਪਾਲ ਸਿੰਘ ਦੀ ਇਹ ਉੱਧਰ ਬਣਨੀ ਸੀਗੀ ਇੱਧਰ ਬਣਨੀ ਸੀ ਉਲਟ ਬਣ ਗਈ ਸੀਗੀ ਅਤੇ ਮੁੜ ਕੇ ਸਹੀ ਕੀਤੀ ਇਹ ਭਾਅ ਜੀ ਗੱਡੀ ਲੈਣ ਆਏ ਹੋਏ ਆ ਅਤੇ ਇਹਨਾਂ ਦੀ ਗੱਡੀ ਬਹੁਤ ਵਧੀਆ ਕੰਮ ਕੀਤਾ ਭਰਾ ਹੁਣਾਂ ਨੇ ਐਨ ਮਤਲਬ ਰੀਝ ਪੂਰੀ ਲਾਤੀ ਭਰਾ ਨੇ ਥੈਂਕ ਯੂ ਭਰਾ ਜੀ ਅਤੇ ਕਾਫੀ ਟਾਈਮ ਲੱਗ ਗਿਆ ਬਾਹਰ ਫੋਟੋ ਜਾਂਦੀਆਂ ਤਾਂ ਅੰਦਰ ਪ੍ਰੋਪਰ ਆ ਅੰਦਰ ਪ੍ਰੋਪਰ ਵਿਊ ਦਿੰਦਾ ਅੰਦਰੋਂ ਮੈਂ ਇਨਸਾਫ ਦਿੱਤਾ ਜਾਂ ਮੈਂ ਖੋਲਦਾ ਭਾਅ ਜੀ ਅੰਦਰ ਹੀ ਪਤਾ ਲੱਗਦਾ ਫੋਟੋ ਲੱਗੀਆਂ ਨਹੀਂ ਲੱਗੀਆਂ ਬਾਹਰ ਪਤਾ ਲੱਗਦਾ ਹਵਾ ਡੈਲ ਮਾਰਨ ਲੱਗੇ ਆ ਪਾਣੀ ਨਾਲ ਲੱਗੀ ਹੋਈ ਹੈ ਨਾ ਵੀ ਇਸ ਟਾਈਮ ਸ਼ਾਮ ਹੋ ਗਈ ਧੁੱਪ ਹੈ ਨੀਗੀ ਹੋਰ ਨਾਲ ਪਾਣੀ ਔਖਰ ਜਾ ਸਾਰਾ ਕੰਮ ਕੀਤਾ ਕਰਾਇਆ ਲੱਸੀ ਹੋ ਜਾਵੇ ਅਤੇ ਆਪਾਂ ਡੈਲ ਮਾਰ ਦੂੰਗੇ ਇੰਨਾ ਪਾਣੀ ਸੱਕ ਜੂਗਾ ਮਾੜਾ ਜਿਹਾ ਅਤੇ ਆਪਣਾ ਕੰਮ ਚੱਲਦਾ ਹੋ ਜੂਗਾ ਬਾਕੀ ਫਿਰ ਨੂੰ ਧੁੱਪੇ ਗੱਡੀ ਖੜੀ ਆ ਦੂੰਗੇ ਐਨ ਓਕੇ ਰਿਪੋਰਟ ਹੋ ਜਾਣੀ ਹੁਣ ਇਹ ਨਵੇਂ ਡੈਲ 'ਤੇ ਮਿੱਟੀ ਪਈ ਹੈ ਮਿੱਟੀ ਤਾਂ ਪਈ ਹੈ ਵਰਤਦੇ ਘੱਟ ਆ ਅਤੇ ਰੋਡ ਚੱਲਦਾ ਰਹਿੰਦਾ ਮਿੱਟੀ ਉੜ ਕੇ ਪੈ ਜਾਂਦੀ ਹੈ ਡੈਲ ਜੀ ਮਾਰ ਲਈ ਫਿਰ ਮੁੜ ਕੇ ਮਿਲਦੇ ਹਾਂ ਫਿਰ ਦਿੱਕਤ ਨਾ ਡਰਿਲ ਵੱਜਦੀ ਨਹੀਂ ਜੀ ਭਰਾ ਦੀ ਗੱਡੀ ਦਾ ਪਾਸਾ ਘੁੰਮਾਉਣ ਲੱਗਿਆ ਕਿਉਂਕਿ ਡਰਿਲ ਦੀ ਤਾਰ ਲੰਬੀ ਨਹੀਂ ਜੀ ਇੰਨੀ ਅਤੇ ਉੱਧਰਲਾ ਪਾਸਾ ਇੱਧਰ ਲੱਗੇ ਆਉਣ ਲੱਗੇ ਆ ਅੱਧਰਾ ਡਰਿਲ ਮਾਰਤੀ ਆਪਾਂ ਕੰਪਲੀਟ ਕਰਤਾ ਅਤੇ ਅੱਛਾ ਕਿੰਨੀ ਕਿਹੜੀ ਜਿੱਤ ਲੱਗਦੀ ਆ ਹੋਰ ਕਿੰਨੀ ਪੰਪ ਲਾ ਦੀ ਗੱਡੀ ਆ ਜਾਣ ਆਪਣੇ ਦੀ ਇਹ ਪਹਿਲਾਂ ਗੱਡੀ ਲੈ ਕੀਤੀ ਸੀ ਨਾਲ ਦੀ ਸੇਮ ਵਾਈਟ ਰੰਗ ਸੀਗੀ ਅਤੇ ਪਹਿਲਾਂ ਲਾਲ ਰੰਗ ਕੀਤੀ ਹੈ ਇਹ ਡੈਲ ਮਾਰਦੀ ਹੈ ਫਿਰ ਸੇਮ ਮਿਲਦੀ ਹੈ ਫਾਈਨਲੀ ਆਪਾਂ ਦੁਕਾਨ ਕਰਤੀ ਹੈ ਕਲੋਜ਼ ਅਤੇ ਕਲੋਜ਼ ਕਰਕੇ ਹੁਣ ਜਾਂਦੇ ਪਏ ਘਰ ਨੂੰ ਰਾਹ ਚੈੱਕ ਕਰ ਸਕਦੇ ਹਾਂ ਅਤੇ ਘਰ ਜਾ ਕੇ ਟੁੱਟ ਦਿਖਾਈਏ ਅਤੇ ਸਵੇਰ ਦੇ ਕੰਮਾਂ ਕਾਰਾਂ ਲੱਗੇ ਹਾਂ ਅੱਜ ਸੀਗਾ ਸੰਡੇ ਤਿੰਨ ਚਾਰ ਘੰਟੇ ਗੱਡੀ ਨੇ ਲੈ ਲਏ ਜੇ ਕੰਮ ਨਾ ਕਰਾਉਂਦਾ ਫਿਰ ਪਹਿਲਾਂ ਗੱਡੀ ਹੋ ਜਾਂਦੀ ਰੈਡੀ ਜੋ ਰੱਬ ਕਰਦਾ ਵਧੀਆ ਕਰਦਾ ਅਤੇ ਆਪਣਾ ਫਾਈਨਲੀ ਕੰਮ ਨਿਬੜ ਗਿਆ ਤਾਂ ਅੱਜ ਦਾ ਕੰਮ ਨਿਬੜ ਗਿਆ ਅਤੇ ਹੁਣ ਜਾਂਦੇ ਪਏ ਤੁਹਾਨੂੰ
ਹੁਣੇ ਸ਼ੁਰੂ ਕੀਤੀ ਵਲੌਗਿੰਗ ਚੈਨਲ ਤੇ ਦੱਸਿਓ ਕਿੱਦਾਂ ਲੱਗਾ ਆਪਣਾ ਪਿਆਰ ਦਿਖਾਇਆ ਸਾਰਿਆਂ ਨੇ ਤੇ ਮਿਲਦੇ ਹਾਂ ਕੱਲ੍ਹ ਅਗਲੇ ਵਲੌਗ 'ਚ ਟੇਕ ਕੇਅਰ ਬਾਏ ਬਾਏ।